ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਉੱਚ ਸਿੱਖਿਆ ਦੀ ਕਿ ਆਖਿਰ ਉੱਚ ਸਿੱਖਿਆ ਜਿਹੜੀ ਹੈ ਉਹ ਮਹਿੰਗੀ ਕਿਉਂ ਹੋ ਰਹੀ ਹੈ। ਦਰਅਸਲ ਬੀਤੇ ਦਿਨੀ ਅਸੀਂ ਦੇਖਿਆ ਹੈ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਹੈ। ਫੀਸਾਂ 'ਚ ਉੱਥੇ ਵਾਧਾ ਕੀਤਾ ਗਿਆ ਤੇ ਉਸ ਫੀਸ ਵਾਧੇ ਦਾ ਬੱਚੇ ਲਗਾਤਾਰ ਵਿਰੋਧ ਕਰ ਰਹੇ ਨੇ। ਨਾਲ ਦੀ ਨਾਲ ਜੋ ਪੜ੍ਹਾਈ ਦੇ ਲਈ ਰੀਡਿੰਗ ਰੂਮ ਨੇ ਉੱਥੇ ਬਣੇ ਹੋਏ ਉਹਨਾਂ ਦੇ ਲਈ ਬੱਚਿਆਂ ਦੀ ਮੰਗ ਹੈ ਕਿ ਉਹ ਸਾਰੀ ਰਾਤ ਖੁੱਲ੍ਹੇ ਰਹਿਣੇ ਚਾਹੀਦੇ ਨੇ ਕਿਉਂਕਿ ਪੜ੍ਹਾਈ ਦਾ ਹਰੇਕ ਬੱਚੇ ਕੋਲ ਵੱਖ-ਵੱਖ ਸਮਾਂ ਹੁੰਦਾ ਹੈ। ਅਸੀਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ। ਇੱਥੇ ਵੀ ਇਹ ਮਸਲੇ ਪਹਿਲਾਂ ਉੱਭਰਦੇ ਰਹੇ ਨੇ। ਸਾਡੇ ਨਾਲ ਕੁਝ ਵਿਦਿਆਰਥੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ JNU ਦੇ ਮਸਲੇ ਬਾਰੇ ਉਹ ਕੀ ਸੋਚਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀ ਯੂਨੀਵਰਸਿਟੀ ਦੇ ਵਿੱਚ ਕੀ ਕੁਝ ਹਾਲਾਤ ਨੇ। ਤੁਹਾਡਾ ਨਾਮ ਕੀ ਹੈ? ਵਿਨੋਦ ਜੈਸਵਾਲ। ਵਿਨੋਦ ਜੀ, ਦੱਸੋ ਕਿ JNU ਦੇ ਇਸ਼ੂ ਬਾਰੇ ਤੁਹਾਨੂੰ ਪਤਾ ਕੀ ਕੁਝ ਉੱਥੇ ਚੱਲ ਰਿਹਾ ਹੈ ਅਤੇ ਉਸ ਬਾਰੇ ਤੁਸੀਂ ਕੀ ਸੋਚਦੇ ਹੋ? ਹਾਂਜੀ, ਐਕਚੁਅਲੀ ਵਹਾਂ ਪੇ ਫੀ ਹਾਈਕ ਕੋ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ। ਉਹਨੇ ਕੁਛ ਹੋਸਟਲ ਕੀ ਫੀਸ ਇਨਕਰੀਜ਼ ਕਰ ਦੀ ਹੈ, ਪਲੱਸ ਟਿਊਸ਼ਨ ਫੀ ਇਨਕਰੀਜ਼ ਕਰੀ ਹੈ। ਚਲੋ ਠੀਕ ਹੈ, ਇੱਕ ਪਰਟੀਕੁਲਰ ਟਾਈਮ ਪੇ ਇਨਕਰੀਮੈਂਟ ਹੋਣਾ ਚਾਹੀਏ, ਬਟ 300% ਇਨਕਰੀਮੈਂਟ ਯੇ ਕਹਾਂ ਸੇ ਜਸਟੀਫਾਈ ਹੋ ਰਹਾ ਹੈ? ਆਪ ਹਮਸੇ ਸਰ ਚਾਰਜਸ ਲੈ ਰਹੇ ਹੋ, ਟੈਕਸਿਸ ਲੈ ਰਹੇ ਹੋ, ਉਸਕਾ ਯੂਜ਼ ਹਮੇ ਕੁਛ ਬਤਾ ਨਹੀਂ ਰਹੇ ਹੋ। ਕਹਾਂ ਪੇ ਜਾ ਰਿਹਾ ਪੈਸਾ? ਇਕੋਨਮੀ ਵਹਾਂ ਜਾ ਰਹੀ ਹੈ, ਪ੍ਰੋਟੈਸਟ ਕਰ ਰਹੇ ਹੋ, ਆਪ ਡੈਲੀ ਪੁਲਿਸ ਕੋ ਭੇਜ ਕੇ ਉਨਕੋ ਪਿਟਵਾਤੇ ਹੋ ਲਾਠੀਓ ਸੇ। ਚਲੋ ਇੱਕ ਬਾਤ, ਉਸਕੇ ਬਾਅਦ ਵਹਾਂ ਕੀ ਅਥਾਰਟੀ ਬੋਲ ਰਹੀ ਹੈ ਕਿ ਉਹਨੇ ਅਭੀ ਨਿਊਜ਼ ਮੇ ਆਇਆ ਥਾ ਕਿ ਆਪਾਂ ਜਬ ਇਹ ਪਾਸ ਹੋ ਜਾਏਗਾ ਬਿੱਲ ਇਨਕਰੀਮੈਂਟ, ਉਸਕੇ ਬਾਅਦ ਬਾਤ ਕਰੇਂਗੇ। ਆਪ ਉਨਸੇ ਕਿਆ ਬਾਤ ਕਰੋਗੇ? ਆਪਨੇ ਤੋ ਪਹਿਲੇ ਹੀ ਬੋਲ ਦਿਆ ਕਿ ਭਾਈ ਇਨਕਰੀ ਇਤਨੀ ਇਨਕਰੀਮੈਂਟ ਹੋ ਗਈ, ਤੋ ਵੋ ਹੋ ਗਈ ਹੈ। ਉਸਕੇ ਬਾਅਦ ਫਿਰ ਗਵਰਨਮੈਂਟ ਅਬ ਇਹ ਚਾਹ ਰਹੀ ਕਿ ਸਾਰੇ ਇੰਸਟੀਟਿਊਸ਼ਨ ਕੋ ਪ੍ਰਾਈਵੇਟ ਕਰ ਦਿਆ ਜਾਏ। ਲਾਈਕ ਅਗਰ ਮੈਂ ਇੰਜੀਨੀਅਰਿੰਗ ਬੈਕਗ੍ਰਾਊਂਡ ਸੇ ਹੂੰ, ਮੈਨੇ ਮਤਲਬ ਬੀ ਟੈਕ ਕਰੀ ਪੰਜਾਬ ਯੂਨੀਵਰਸਿਟੀ ਸੇ, ਅਬ ਮੁਝੇ ਕਰਨਾ ਹੈ ਐਮ ਟੈਕ, ਠੀਕ ਹੈ? ਤੋ ਪਹਿਲੇ ਕਿਆ ਹੋਤਾ ਥਾ ਕਿ ਐਮ ਟੈਕ ਮੇ ਮਤਲਬ ਬੱਚੇ ਆਪਣੇ ਸੈਲਫ ਫਾਈਨੈਂਸਡ ਹੋ ਜਾਤੇ ਥੇ, ਲਾਈਕ ਕਿ ਉਨਕੋ 12,400 ਸਟਾਈਪੈਂਡ ਮਿਲਤੀ ਥੀ। ਅਬ ਕਿਆ ਹੋ ਰਹਾ ਹੈ ਕਿ ਉਨ੍ਹੋਂਨੇ IITs ਕੀ ਫੀਸ ਇਨਕਰੀਜ਼ ਕਰ ਦੀ ਹੈ 2 lakh ਪਰ ਐਨਮ। ਉਸਕੇ ਬਾਅਦ ਉਨ੍ਹੋਂਨੇ ਸਟਾਈਪੈਂਡ ਵੀ ਬੰਦ ਕਰ ਦਿਆ ਹੈ 12,400। ਅਬ ਇੱਕ ਮਤਲਬ ਜੈਸੇ ਹਮ ਜੈਸੇ ਬੱਚੇ ਹੈ ਜਿਨਕੇ ਮਤਲਬ ਫੈਮਿਲੀ ਇਤਨੀ ਸਟਰੋਂਗ ਨਹੀਂ ਹੈ, ਬਟ ਵੋ ਐਮ ਟੈਕ ਪਰਸਿਊ ਕਰਨਾ ਚਾਹਤੇ ਹੈ, ਤੋ ਆਪ ਬਤਾਓ ਵੋ ਆਪਣੇ ਐਮ ਟੈਕ ਕੋ ਕੈਸੇ ਪਰਸਿਊ ਕਰੇਂਗੇ? ਤੋ ਟੋਟਲੀ ਇੰਡੀਆ ਮੇ ਹੋ ਕਿਆ ਰਿਹਾ ਹੈ ਅੱਜ ਕੱਲ੍ਹ, ਸਾਰੀ ਚੀਜ਼ੋਂ ਕੋ ਪ੍ਰਾਈਵੇਟਾਈਜ਼ ਕੀਆ ਜਾ ਰਿਹਾ ਹੈ। ਲਾਈਕ ਕਿ ਸਭ ਕੋ ਪ੍ਰਾਈਵੇਟਾਈਜ਼ ਕਰ ਦੋ ਔਰ ਇਸਸੇ ਮਤਲਬ ਬੈਨੀਫਿਟ ਚਾਹੀਏ ਉਨਕੋ, ਮਤਲਬ ਲਾਈਕ ਕਿ ਹਾਂ ਸਰਕਾਰ ਕੀ ਰਿਸਪੋਂਸਿਬਿਲਟੀ ਖਤਮ ਹੋ ਔਰ ਉਸਕੋ ਪ੍ਰੋਫਿਟ ਮੇਕਰ ਬਣਾ ਦੇ ਸਾਰੇ ਇੰਸਟੀਟਿਊਸ਼ਨ ਕੋ। ਰੇਲਵੇ ਹੋ ਗਿਆ ਆਪਕਾ, ਮੇਨ ਤੋ ਐਜੂਕੇਸ਼ਨ ਮੇ ਰਿਸਰਚ ਕਾ ਤੋ ਇਹਨਾਂ ਨੇ ਪੂਰਾ ਡਾਊਨ ਕਰ ਦਿਆ ਹੈ। ਪਹਿਲੇ ਮਤਲਬ ਹੋਤਾ ਥਾ ਕਿ ਇੰਜੀਨੀਅਰਿੰਗ ਕੇ ਲਈ ਰਿਸਰਚ ਕੇ ਲੀਏ ਕੁਛ 2% ਥਾ GDP ਕਾ, ਇਹਨਾਂ ਨੇ ਮਤਲਬ ਐਜੂਕੇਸ਼ਨ ਉਸਕੋ ਵੀ ਘਟਾਏ ਜਾ ਰਹੇ, ਰਿਸਰਚ ਕੇ ਲੀ ਜੋ ਪੈਸਾ ਆ ਰਹਾ ਥਾ ਉਸਕੋ ਰੋਕਤੇ ਜਾ ਰਹੇ, ਤੋ ਟੋਟਲ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਹੈ। ਮਤਲਬ ਹਾਂਜੀ, ਸਰਕਾਰ ਚਾਹਤੀ ਹੈ ਕਿ ਮੁਨਾਫਾ ਜੋ ਹੋ ਇਸ ਪੜ੍ਹਾਈ ਸੇ ਵੀ ਮੁਨਾਫਾ ਹੋ, ਇਸ ਤਰੀਕੇ ਦੀ ਗੱਲ ਉਹ ਕਹਿ ਰਹੇ ਨੇ। ਤੁਹਾਡਾ ਕੀ ਨਾਮ ਹੈ? ਆਕਾਸ਼ ਉਪਾਧਿਆਇ। ਬਿਲਕੁਲ, ਹਾਂਜੀ ਹਾਂਜੀ ਬਿਲਕੁਲ ਬਿਲਕੁਲ। JNU ਕਾ ਤੋ ਹਮ ਸਭ ਕੋ ਪਤਾ ਹੈ, ਰੋਜ਼ ਫਰੰਟ ਪੇਜ ਪੇ ਆ ਰਹਾ ਹੈ, ਸਾਰੇ ਨਿਊਜ਼ ਪੇਪਰਸ ਮੇ, ਹਰ ਮੀਡੀਆ ਲਾਈਨ ਪੇ ਸਾਰੀ ਚੀਜ਼ ਦਿਖ ਰਹੀ ਕਿ ਵਹਾਂ ਕੇ ਬੱਚੇ ਪ੍ਰੋਟੈਸਟ ਕਰ ਰਹੇ ਹੈ। ਅਭੀ ਤਰ ਪੰਜਾਬ ਯੂਨੀਵਰਸਿਟੀ ਕਾ ਹੀ ਮੈਂ ਹਾਲ ਬਤਾ ਰਹਾ ਹੂੰ, ਯੇ ਹਰ ਜਗ੍ਹਾ ਇਨਕਾ ਗਵਰਨਮੈਂਟ ਕਾ ਹਰ ਜਗ੍ਹਾ ਸੇ ਇਨਕਾ ਪੂਰਾ ਕੋਆਰਡੀਨੇਸ਼ਨ ਹੋ ਰੱਖਾ ਹੈ ਔਰ ਹਰ ਜਗ੍ਹਾ ਇਹੀ ਕੰਮ ਕਰ ਰਹੇ ਹੈ। ਅਭੀ ਹਮ ਸਟੂਸੀ ਪੇ ਬੈਠੇ ਹੋਏ ਔਰ ਯਹਾਂ ਪਰ ਹੀ ਅਬ ਮਾਨੋਗੇ ਨਹੀਂ, ਮਤਲਬ ਛੋਟੀ ਛੋਟੀ ਚੀਜ਼ੋਂ ਕੇ ਰੇਟਸ ਇਹਨਾਂ ਨੇ ਫਿਰ ਸੇ ਬੜਾ ਦੀਏ ਹੈ ਔਰ ਹਰ ਤੀਸਰੇ ਚੌਥੇ ਮਹੀਨੇ ਮੇ ਇਨਕਾ ਰੇਟ ਹਮੇਸ਼ਾ ਬੜਤਾ ਹੀ ਰਹਤਾ ਹੈ। ਅਬ ਧੀਰੇ ਧੀਰੇ ਆਨੇ ਵਾਲੇ ਯੇ ਜੋ ਹਮਾਰੇ ਜਿਤਨੇ ਵੀ ਮਿਡਲ ਕਲਾਸ ਫੈਮਿਲੀਜ਼ ਹੈ, ਚਲੋ ਮੈਂ ਮਾਨ ਗਿਆ ਕਿ ਹਾਇਰ ਕਲਾਸ ਜੋ ਵੀ ਹੈ ਵੋ ਅਫੋਰਡ ਕਰ ਲੇਤੇ ਹੈ, ਬਟ ਜੋ ਮਿਡਲ ਕਲਾਸ ਹੈ ਜਾਂ ਫਿਰ ਜੋ ਸੈਲਫ ਫਾਈਨੈਂਸ ਲੋਕ ਹੈ, ਜੈਸੇ ਹਮ ਲੋਕ ਹੀ ਟਿਊਸ਼ਨ ਪੜ੍ਹਾ ਪੜ੍ਹਾ ਕੇ ਆਪਣਾ ਖੁਦ ਯਹਾਂ ਪਰ ਕਰ ਰਹੇ ਹੈ ਕਿਸ ਤਰ੍ਹਾਂ ਸੇ ਆਪਣੇ ਡੇਲੀ ਕਰ ਰਹੇ ਹੈ, ਬਟ ਆਪਾਂ ਲੋਕੋਂ ਕੋ ਦਿੱਕਤ ਹੋ ਰਹੀ ਹੈ ਕਿ ਚਲੋ ਅਭੀ ਪਹਿਲੇ ਜੋ ਥਾਲੀ 30 ਕੀ ਮਿਲਤੀ ਹੈ 40 ਕੀ ਕਰ ਰਹੇ ਹੈ, ਫਿਰ ਧੀਰੇ ਧੀਰੇ 60 ਕੀ ਕਰ ਦੇਗੇ, ਤੋ ਜੋ ਆਨੇ ਵਾਲੀ ਜਨਰੇਸ਼ਨਸ ਹੈ ਉਨਕੇ ਲਈ ਬਹੁਤ ਜ਼ਿਆਦਾ ਦਿੱਕਤ ਕਰ ਰਹੇ ਹੈ ਸਾਰੀ ਚੀਜ਼ਾਂ। ਇਹ ਫਰਕ ਪੈਂਦਾ ਦਰਅਸਲ ਜਿਨ੍ਹਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੇ ਮਾਪੇ ਕਮਾਈ ਕਿਸ ਤਰੀਕੇ ਕਰ ਰਹੇ ਨੇ, ਕਿਹਨਾਂ ਦੀ ਆਮਦਨੀ ਕਿੰਨੀ ਕੁ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਂਦਾ, ਬੇਸ਼ੱਕ ਭਾਵੇਂ 10 ਰੁਪਏ ਵਧਣ 20 ਰੁਪਏ ਵਧਣ, ਅਤੇ ਉਹ ਸਵਾਲ ਜਿਹੜੇ ਨੇ ਉਹ ਜ਼ਰੂਰ ਕਰਨਗੇ। ਤੁਹਾਡਾ ਕੀ ਨਾਮ ਹੈ? ਕਾਰਤਿਕ ਕੁਮਾਰ ਚੌਧਰੀ। ਕਾਰਤਿਕ, ਤੁਸੀਂ ਦੱਸੋ ਕਿ JNU ਦੇ ਵਿੱਚ ਫੀਸਾਂ ਵਧੀਆਂ ਨੇ, ਬੱਚੇ ਪ੍ਰੋਟੈਸਟ ਕਰ ਰਹੇ ਨੇ, ਉਹਨਾਂ 'ਤੇ ਲਾਠੀ ਚਾਰਜ ਹੋ ਰਿਹਾ ਹੈ, ਤੁਸੀਂ ਕੀ ਸੋਚਦੇ ਸਟੂਡੈਂਟ ਹੋਣ ਦੇ ਨਾਲ? ਬਿਲਕੁਲ, ਇਹ ਹੈ ਕਿ ਫੀਸ ਜੋ ਹਾਈਕ ਹੋ ਰਹੀ ਹੈ ਉਸੇ ਕੁਛ ਲੋਕ ਐਸਾ ਮੋਲਡ ਕਰਕੇ ਦਿਖਾ ਰਹੇ ਹੈ ਕਿ ਜੈਸੇ ਟੈਕਸ ਪੇਅਰਸ ਕੀ ਮਨੀ ਜੋ ਹੈ ਵੋ ਗਲਤ ਜਾ ਰਹੀ ਹੈ, ਗਲਤ ਜਾ ਰਹੀ ਹੈ, ਲੇਕਿਨ ਇਨਡਾਇਰੈਕਟਲੀ ਦੇਖਾ ਜਾਏ ਤਾਂ ਵੋ ਜੋ ਟੈਕਸ ਪੇਅਰਸ ਹੈ ਵੋ ਕੌਣ ਹੈ? ਵੋ ਮੋਸਟਲੀ ਕਿਆ ਹੁੰਦਾ ਹੈ, ਮਿਡਲ ਕਲਾਸ ਫੈਮਿਲੀ ਹੋਤੀ ਹੈ ਔਰ ਮੇਰੇ ਮਾਂ ਬਾਪ ਵੀ ਟੈਕਸ ਪੇ ਕਰ ਰਹੇ ਹਨ, ਤੋ ਵੋ ਹਮਾਰਾ ਹੀ ਪੈਸਾ ਹੈ ਔਰ ਅਗਰ ਐਸਾ ਹੈ ਤੋ ਗਵਰਨਮੈਂਟ ਕੋ ਕੁਛ ਔਰ ਸਬਸਿਡੀਜ਼ ਦੇਣੀ ਚਾਹੀਏ, ਕੁਛ ਔਰ ਤਰੀਕੇ ਸੇ ਕੁਛ ਪਲਾਨ ਕਰਨਾ ਚਾਹੀਏ, ਲੇਕਿਨ ਜੋ ਪ੍ਰੋਟੈਸਟ ਕੋ ਉਹਨੇ ਰੋਕਨੇ ਕਾ ਦਬਾਨੇ ਕਾ ਤਰੀਕਾ ਹੈ ਵੋ ਆਈ ਥਿੰਕ ਵੋ ਬਿਲਕੁਲ ਗਲਤ ਹੈ ਔਰ ਜੈਸੇ ਕੀ ਕਹਤੇ ਹੈ ਯੇ ਜੋ ਹੈ ਮੋਸਟਲੀ ਕਿਆ ਹੁੰਦਾ ਹੈ ਜੋ ਟੈਕਸ ਪੇਅਰ ਸੇ ਬੈਨੀਫਿਸ਼ੀਅਲ ਕੌਣ ਹੁੰਦੇ ਹੈ ਉਨਸੇ ਕਿ EWS ਵਾਲੇ ਇਕਨੋਮਿਕਲੀ ਵੀਕਰ ਸੈਕਸ਼ਨ ਔਰ ਕਿਆ ਕਹਤੇ ਹੈ ਲੋਕੋ ਕੋ ਇਤਨਾ ਨਹੀਂ ਪਤਾ ਹੁੰਦਾ ਕਿ ਜੋ ਮਿਡਲ ਕਲਾਸ ਸੇ ਆਤਾ ਹੈ ਵੋ ਇੱਕ 10 ਰੁਪਏ ਬਚਾਨੇ ਕੇ ਲੀਏ ਲੋਕ ਦੋ ਦੋ ਤਿੰਨ ਤਿੰਨ ਕਿਲੋਮੀਟਰ ਪੈਦਲ
अब ऐसा है कि JNU में इतनी सब्सिडीज़ मिलती हैं जो मोस्टली जो वहाँ पे जो पढ़ रहे हैं लोग, जैसे मैं आजकल देख रहा हूँ पढ़ रहा हूँ, उनके भी इंटरव्यूज़ आते हैं, तो उसमें होता है कि उनकी फैमिली इनकम ही मतलब 6-7 हज़ार रुपये मंथली है, तो वो 4-5 हज़ार रुपये फ़ीस कहाँ से देंगे? कोई उनके फैमिली में एक ही तो बच्चा होगा नहीं, माँ बाप भी हैं, भाई बहन भी होंगे, उनका भी खाना पीना कुछ तो होगा, तो ये मतलब उन्हें गवर्नमेंट को उनसे बात करनी चाहिए, कुछ वैलिड रीजन्स निकालने चाहिए या फिर कुछ पॉलिसीज ऐसी लानी चाहिए कि हर एक, देखिए हर एक अफोर्ड नहीं कर सकता इतनी फ़ीस। अब 50% अगर EWS है तो उसके लिए कुछ बेनिफिट करना चाहिए, तभी तो क्या कहते हैं इंडिया इसीलिए तो है कि अगर कोई एक भी दब रहा है तो उसे नहीं दबाया जाएगा, पहले सब उसके सॉल्यूशन निकाला जाएगा। तो लगता है कि सरकार अपने को पैसे घटाना चाहती है, तो उही पैसा स्टूडेंट्स को हमें वसूलन की कोशिश की जा रही है, सरकार चाहती है कि जो घाटा सरकार सहन कर दी सी बच्चों लैके वो हम बच्चे ही पूरा कर। अभी गवर्नमेंट एजुकेशन पे खर्च भी कितना कर रही है, आप देखिए जो बजट आता है जो उसका बजट का कितने % एजुकेशन पे खर्च करती है, अगर आप ऑल ओवर वर्ल्ड सर्वेस देखे जाएं तो हमारी कंट्रीज सबसे कम पैसे खर्च करने वालों में से है एजुकेशन पे, तो वो घाटा तो इतना कम करके भी घाटा हो रहा है, तो वो वाली बात मुझे समझ में नहीं आ रहा। और घाटा किस बात का, वो देखा जाए तो डायरेक्टली और इनडायरेक्टली इन्वेस्टमेंट है, जब तक फ्यूचर पे हम स्पेंड नहीं करेंगे तो वो डेवलप कैसे होगा, अगर हम अभी नहीं पढ़ेंगे तो हम आगे देश के लिए कुछ कर कैसे पाएंगे, अब अनपढ़ लोग क्या करेंगे, अब कुछ नई चीज़ नहीं कर पाएंगे, इनोवेट नहीं कर पाएंगे, तो वो तो घाटा तो मैं समझता ही नहीं हूँ कि एजुकेशन में खर्च करने पर घाटा है। अगर घाटा होता इतना तो जो लोअर मिडिल क्लास फैमिलीज़ हैं वो अपने बच्चों पर इन्वेस्ट क्यों करते इतना, उन्हें तो वैसे एक एक पैसे की इतनी वैल्यू होती है, लोग फीस दे रहे हैं, इतना माँ बाप कर रहे हैं, अगर वो घाटा होता तो वो इन्वेस्ट ही ना करते कि घाटे वाली बात है। सत्यवीर सिंह, सत्यवीर तुसी की सोचते हो, यूनिवर्सिटी च फीसां बढ़ रही ने, बच्चे प्रोटेस्ट कर रहे हैं, सरकारां कित्थे ने? जैसे कि मतलब कहा जाता है कि किसी भी कंट्री के डेवलपमेंट के लिए दो चीज़ सबसे इम्पोर्टेंट होती है, स्वास्थ्य और शिक्षा, दो चीज़ फ्री होना चाहिए। यहाँ पे अब क्या कर रहे हैं, ना तो ये स्वास्थ्य के बारे में ठीक से कर पा रहे हैं कुछ, ना तो ये शिक्षा के बारे में कर रहे हैं। शिक्षा हर एक इंस्टीट्यूशंस में आप देखोगे, सिर्फ JNU की बात नहीं करते हैं, हम बात करते हैं टेक्नोलॉजी के बारे में, हम टेक्निकल स्टूडेंट हैं, बीटेक किया हुआ है हमने, एमटेक परस्यू कर रहा हूँ। अब अगर मैं मान लो कि मैं एक जनरल बीटेक करके एमटेक करना चाहता हूँ, मैं एडमिशन लेना चाहता हूँ IIT में जाके, मैंने क्वालिफाई किया एग्ज़ाम्स और IIT में एडमिशन, मैं 2 लाख रुपए अफोर्ड नहीं कर सकता। और दूसरी बात कि अगर मैं 24 का हो रहा हूँ तो आई कैन नॉट टेक मनी फ्रॉम माई पेरेंट्स। तो अपने पेरेंट्स से मनी मांगना एक बहुत बड़ी बात होती है 25 साल की एज में। तो एटलीस्ट जो हमें कुछ पैसे मिल रहे थे, कंपनसेशन स्कॉलरशिप मिल रहे थे, स्टाइफेंड मिल रही थी, वो तो देना ही चाहिए कि ताकि हम अपना खर्चा वियर कर सकें। और दूसरी बात, आप देखोगे जितने भी डेवलप्ड कंट्रीज़ हैं वो R&D में पैसा बहुत ज़्यादा इन्वेस्ट करते हैं, हमारी कंट्री R&D में पैसा नहीं इन्वेस्ट करती है, वो भी एक एजुकेशनल में मनी का फंड हो गया। तो ओवरऑल अगर देखा जाइए तो ये एजुकेशन में पैसा काटना ये बहुत ही गलत है, और आप मार भी रहे हो, बताओ पुलिस वालों को भेज के वहाँ पे बच्चों को मार रहे हो, ये भी एक बहुत गलत तरीका है। हाँ मैं ये दसो कि एक ना थोड़ी एक गल ये भी चल रही है उन्होंने बच्चों को लैके कि देखो ये असी फीस वधाई है, थोड़ी सरकार के हिसाब से घट वधाई है, वो कह रहे हैं कि बच्चे देखो ये फिल्मा देखते हैं बाहर जाके, इन्हों को कपड़े खरीदने लिए पैसे है, बूट खरीदने लिए पैसे है, फोन खरीदने लिए पैसे है, इस तरीके के लॉजिक दिए जा रहे हैं, तो उन्होंने की लगता है कि ये तर्क कितने एक मायने रखते हैं? यार देखो आप यहाँ आप आस पास ही देख लो, अब जैसे हम यहाँ पे 4 लोग बैठे हैं, आस पास 5 लोग बैठे हैं, यार वो 5 लोग तो लाइक उनकी फाइनेंशियल कंडीशन ठीक है, वो मूवी भी जा सकते हैं, वो कहीं भी जा सकते हैं, ठीक है, तो यार उनकी वजह से हमें क्यों परेशानी हो, भाई हम तो टैक्स पे कर रहे हैं, ठीक है, तो हमें चाहिए एजुकेशन, ठीक है, हमें फ्री में चाहिए यार, हमें फाइनेंशियल हेल्प चाहिए। तो यार आप बोल रहे हो कि वो तो मूवी देखने जा रहे हैं तो आप फीस क्यों नहीं दे सकते, यार उनके पास पैसे हैं, सबके पास थोड़ा ना है, इंडिया में तो कितने लगभग 40 करोड़ जनता BPL है, ब्लो पावर्टी लाइन है, तो आप बोल रहे हो कि 60% के पास तो पैसा है तो 40% को पैसा क्यों चाहिए, फिर तो बात ये हो गई ना कि यार 60% पे ही आप ध्यान दो ना, 40% की तो जरूरत ही नहीं है, गवर्नमेंट का तो कहना ही यही है ना फिर अब कि भाई BPL वाले आप क्यों टेंशन ले रहे हो, आपको क्या जरूरत है पढ़ने की, 60% तो पढ़ ही रही है जनता। एक दसो कि जो रीडिंग रूम का उत्थे रौला चल रहा है कि स्टडी का टाइम निर्धारित होना चाहिए, 11 बच्चे होस्टल वापस आ जाए, रीडिंग रूम बंद कर दिया जाएगा, कि लगता है कि बच्चों को खुला टाइम होना चाहिए पढ़ाई का, कि रात को किन्ने मर्जी बजे तक पढ़न, रात को बेशक बैठ के सारी रात पढ़ सकन,
ਤੁਹਾਨੂੰ ਲੱਗਦਾ ਕਿ ਇਹ ਵੀ ਜਿਹੜਾ ਹੈ ਹਰੇਕ ਜਗ੍ਹਾ ਖਤਮ ਹੋਣਾ ਚਾਹੀਦਾ, ਖੁੱਲ੍ਹਾ ਟਾਈਮ ਹੋਣਾ ਚਾਹੀਦਾ ਬੱਚਿਆਂ ਨੂੰ ਪੜ੍ਹਾਈ ਦਾ? ਬਿਲਕੁਲ, ਮੈਂ ਤਾਂ ਆਪਕੋ ਇਹ ਕਹਿਣਾ ਚਾਹੂੰਗਾ ਲਾਈਕ ਕਿ ਰੀਡਿੰਗ ਕੇ ਲਈ ਤਾਂ ਮੇਰੇ ਹਿਸਾਬ ਸੇ ਕੋਈ ਵੀ ਬਾਉਂਡੇਸ਼ਨ ਨਹੀਂ ਲਗਾਉਣੀ ਚਾਹੀਏ। ਅਬ ਮੈਂ ਖੁਦ ਹੀ ਬੋਲਣਾ ਚਾਹੂੰਗਾ ਕਿ ਲਾਈਕ ਬੀਂਗ ਅ ਸਾਇੰਸ ਸਟੂਡੈਂਟ, ਦੋ ਤਰ੍ਹਾਂ ਕੇ ਲੋਕ ਹੋਤੇ ਹੈ, ਇੱਕ ਮਾਰਨਿੰਗ ਪਰਸਨ ਹੋਤੇ ਹੈ, ਇੱਕ ਨਾਈਟ ਪਰਸਨ ਹੋਤੇ ਹੈ। ਤੋ ਆਪ ਕਹਿਣਾ ਚਾਹ ਰਹੇ ਹੋ ਦਿਨ ਮੇ ਲੜਕਾ ਕਾਲਜ ਵੀ ਜਾ ਰਹਾ ਹੈ, ਪੜ੍ਹਾਈ ਵੀ ਕਰ ਰਹਾ ਹੈ, ਟਿਊਸ਼ਨ ਵੀ ਜਾ ਰਿਹਾ ਹੈ, ਕੋਚਿੰਗ ਵੀ ਕਰ ਰਿਹਾ ਹੈ, ਫਿਰ ਸਾਥ ਮੈਂ ਗਰਾਊਂਡ ਵੀ ਜਾ ਰਿਹਾ ਹੈ, ਅਬ ਰਾਤ ਮੇ ਹੀ ਉਸਕੇ ਪਾਸ ਪੜ੍ਹਨੇ ਕਾ ਟਾਈਮ ਬਚਾ ਹੈ, ਤੋ ਆਪ ਕਹਿ ਰਹੇ ਹੋ ਕਿ ਉਹ ਰਾਤ ਮੇ ਆਪ ਪੜ੍ਹਨੇ ਹੀ ਨਹੀਂ ਦੋਗੇ, ਰੀਡਿੰਗ ਰੂਮ ਬੰਦ ਕਰ ਦੋਗੇ, ਤੋ ਫਿਰ ਕੋਈ ਇਹ ਪੁਆਇੰਟ ਆਫ ਥੋੜ੍ਹੀ ਨਾ ਹੋਤਾ ਹੈ ਕਿ ਆਪਨੇ ਰੀਡਿੰਗ ਰੂਮ ਬੰਦ ਕਰ ਦਿਆ, ਸਿਰਫ ਦਿਨ ਮੇ ਹੀ ਖੁੱਲੇਗਾ। ਜਿਸ ਬੰਦੇ ਕੋ ਰਾਤ ਮੇ ਪੜ੍ਹਨਾ ਹੈ ਉਸਕੋ ਰਾਤ ਮੇ ਪੜ੍ਹਨੇ ਕੇ ਲਈ ਰੀਡਿੰਗ ਰੂਮ ਹੋਣਾ ਚਾਹੀਏ, ਜਿਸਕੋ ਦਿਨ ਮੇ ਪੜ੍ਹਨਾ ਹੈ ਉਸਕੇ ਲਈ ਦਿਨ ਮੇ ਹੋਣਾ ਚਾਹੀਏ ਰੀਡਿੰਗ ਰੂਮ। ਤੋ ਮੇਰੇ ਹਿਸਾਬ ਸੇ ਇਹ ਇੱਕ ਸਹੀ ਆਪਸ਼ਨ ਨਹੀਂ ਹੈ ਕਿ ਆਪ ਰੀਡਿੰਗ ਰੂਮ ਰਾਤ ਮੇ ਬੰਦ ਕਰ ਦੇ ਰਹੇ ਹੋ, ਇਹ ਬੋਲ ਕੇ ਕਿ ਰਾਤ ਮੇ ਪੜ੍ਹਨੇ ਕਾ ਕੋਈ ਸਮੇਂ ਨਹੀਂ ਹੈ। ਅੱਛਾ, ਤੁਸੀਂ ਐਜ਼ ਅ ਸਟੂਡੈਂਟ, ਤੁਸੀਂ ਗਵਰਨਮੈਂਟ ਨੂੰ ਅਤੇ ਜੇ ਐਨ ਯੂ ਸਟੂਡੈਂਟਸ ਨੂੰ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? गवर्नमेंट को यही कहना चाहूँगा कि स्टूडेंट्स की पूरी बात सुननी चाहिए, एटलीस्ट कुछ वन ऑन वन कन्वर्सेशन होनी चाहिए कि तुम्हारी क्या डिमांड्स हैं, और अगर उनकी डिमांड्स उन्हें गवर्नमेंट को जायज़ नहीं लगती तो उन्हें कुछ सॉल्यूशन निकलना चाहिए उसका। ऐसा कोई वायलेंट तरीका नहीं अपनाना चाहिए, क्योंकि वो स्टूडेंट्स जो हैं, स्टूडेंट क्या होते हैं, स्टूडेंट हैं, उन पर कुछ ऐसी पावर्स तो है नहीं, वो अपना क्या है, एक रिलेटिएट करके ही कुछ कर सकते हैं और अपना प्रदर्शन करेंगे, तो वो भी नॉन वायलेंट प्रदर्शन होता है, उसमें भी अगर आप उनकी बात नहीं सुनेंगे तो जाहिर सी बात है जेएनयू के स्टूडेंट्स ही नहीं, ऑल ओवर इंडिया सारे स्टूडेंट्स को बुरा लगेगा। प्रोटेस्ट कर रहे हैं, सही तरीका है उनका प्रोटेस्ट करने का, गवर्नमेंट को सुनना चाहिए, यहाँ पे गवर्नमेंट गलत है, गवर्नमेंट को सपोर्ट करना चाहिए स्टूडेंट्स को, हमारी प्रॉब्लम्स को सुनना चाहिए। ये तो ये हो गया कि डिक्टेटरशिप है भाई, जो मर्जी है मैं वही करूँगा, पर ऐसा थोड़ी ना चलता है। स्टूडेंट को तो एटलीस्ट फ्री छोड़ो, ਜ਼ਰੂਰੀ ਹੈ ਸਟੂਡੈਂਟ ਕੋ ਫਰੀ ਛੋੜਨਾ। ਬਿਲਕੁਲ ਜੀ, ਵਿਦਿਆਰਥੀਆਂ ਨੂੰ ਖੁੱਲ੍ਹਾ ਛੱਡਣਾ ਜ਼ਰੂਰੀ ਹੈ, ਅਤੇ ਬੜੀ ਚੰਗੀ ਗੱਲਬਾਤ ਹੋਈ ਹੈ ਨਾ ਵਿਦਿਆਰਥੀਆਂ ਦੇ ਨਾਲ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਦੱਸੀਆਂ ਨੇ, ਆਪਣੇ ਕੋਰਸਾਂ ਦੇ ਨਾਲ ਸੰਬੰਧਿਤ ਦੱਸੀਆਂ ਨੇ ਕਿ ਕਿਸ ਤਰੀਕੇ ਉਹਨਾਂ ਦੇ ਕੋਰਸ ਜਿਹੜੇ ਨੇ ਉਹਦੇ ਵਿੱਚ ਵੀ ਫੀਸਾਂ ਦਾ ਵਾਧਾ ਕੀਤਾ ਜਾ ਰਿਹਾ ਹੈ। ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਫੀਸ ਵਾਧੇ ਦੇ ਨਾਲ ਜਿਹੜੀ ਪੜ੍ਹਾਈ ਹੈ ਉਹ ਆਮ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋਏਗੀ, ਇਸ ਲਈ ਸਰਕਾਰ ਨੂੰ ਘੱਟੋ ਘੱਟ ਵਿਦਿਆਰਥੀਆਂ ਦੀ ਗੱਲ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ। ਜਦੋਂ ਫੀਸਾਂ ਵਧਾਉਣੀਆਂ ਹੁੰਦੀਆਂ ਨੇ ਤਾਂ ਵਿਦਿਆਰਥੀ ਜਥੇਬੰਦੀਆਂ ਜਿਹੜੇ ਆਗੂ ਨੇ ਤਾਂ ਉਸ ਨੂੰ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ, ਤਾਂ ਬੱਚਿਆਂ ਦੇ ਨਾਲ ਸਹਿਮਤੀ ਕਰਨ ਤੋਂ ਬਾਅਦ ਇਸ ਤਰੀਕੇ ਦੀ ਕੋਈ ਕਾਰਵਾਈ ਸਰਕਾਰ ਕਰ ਸਕੇ। ਅਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਹਾਂ ਜੀ, ਕੁਝ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਜਿਹਨਾਂ ਨਾਲ ਗੱਲ ਕਰਾਂਗੇ ਕਿ ਜੋ ਜੇਐਨਯੂ ਦੇ ਜੋ ਪੂਰਾ ਘਟਨਾਕ੍ਰਮ ਚੱਲ ਰਿਹਾ ਉਹਦੇ ਬਾਰੇ ਕੀ ਉਹ ਸੋਚਦੇ ਨੇ, ਅਤੇ ਜੋ ਵਿਦਿਆਰਥੀ ਜੋ ਪ੍ਰੋਟੈਸਟ ਕਰ ਰਹੇ ਨੇ ਕੀ ਉਸਦੀ ਉਹ ਹਮਾਇਤ ਕਰਦੇ ਨੇ? ਕੀ ਨਾਮ ਹੈ ਤੁਹਾਡਾ? ਅਭਿਲਕਸ਼। ਅਭਿਲਕਸ਼, ਇਹ ਦੱਸੋ ਕਿ ਜੇਐਨਯੂ ਦੇ ਵਿੱਚ ਸਟੂਡੈਂਟ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ, ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਉੱਥੇ, ਤੁਹਾਨੂੰ ਲੱਗਦਾ ਹੈ ਕਿ ਫੀਸਾਂ ਦੇ ਵਿੱਚ ਵਾਧਾ ਜਾਇਜ਼ ਹੈ ਅਤੇ ਜੋ ਬੱਚੇ ਪ੍ਰੋਟੈਸਟ ਕਰ ਰਹੇ ਨੇ ਜਿਸ ਤਰੀਕੇ ਨਾਲ ਰੋਕਿਆ ਜਾ ਰਿਹਾ ਉਹ ਗਲਤ ਹੈ? ਨਜਾਇਜ਼ ਹੈ, ਐਂ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ, ਸਮਝਾ ਸਕਦੇ ਨੇ, ਥੋੜ੍ਹੀ ਬਹੁਤ ਫੀਸ ਜੋ ਘੱਟ ਵੱਧ ਕਰਨੀ ਕਰ ਸਕਦੇ ਨੇ, ਬਸ ਉਹ ਹੈ ਕਿ ਜਿਹੜੀ ਕੁੱਟਮਾਰ ਕੀਤੀ ਉਹ ਨਹੀਂ ਕਰਨੀ ਚਾਹੀਦੀ ਸੀ। ਤੁਹਾਨੂੰ ਲੱਗਦਾ ਕਿ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ ਤਾਂ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਜਦੋਂ ਸਰਕਾਰ ਅਚਾਨਕ? ਬਹੁਤ ਜ਼ਿਆਦਾ, ਕਈ ਕਿਸਾਨ ਪਰਿਵਾਰ ਤੋਂ ਹੁੰਦੇ ਨੇ ਬੱਚੇ, ਉਹ ਨਹੀਂ ਪੇ ਕਰ ਸਕਦੇ ਫੀਸ ਜਿੰਨੀ ਹਾਈ ਫੀਸ ਹੁੰਦੀ ਹੈ ਯੂਨੀਵਰਸਿਟੀ ਦੀ, ਅਤੇ ਬਸ ਉਹਨਾਂ ਨਾਲ ਗੱਲ ਸੁਣਨੀ ਚਾਹੀਦੀ ਹੈ ਬੱਚਿਆਂ। ਹਾਂ, ਬੱਚਿਆਂ ਦੀ ਗੱਲ, ਪ੍ਰੋਟੈਸਟ ਉਹਨਾਂ ਦਾ ਰਾਈਟ ਹੈ, ਉਹ ਕਰਦੇ ਨੇ ਪ੍ਰੋਟੈਸਟ। ਤੁਹਾਡਾ ਕੀ ਨਾਮ ਹੈ? ਵਿੱਕੀ। ਵਿੱਕੀ, ਤੁਸੀਂ ਦੱਸੋ ਤੁਸੀਂ ਕੀ ਸੋਚਦੇ ਹੋ ਕਿ ਜੇਐਨਯੂ ਦੇ ਵਿੱਚ ਜੋ ਪ੍ਰੋਟੈਸਟ ਕਰਿਆ ਬੱਚਿਆਂ ਨੇ ਫੀਸਾਂ ਨੂੰ ਲੈ? ਗਲਤ ਹੋਇਆ ਸਭ ਕੁਝ, ਕਿਸੇ ਦੀ ਆਮਦਨੀ ਨਹੀਂ ਹੁੰਦੀ ਹੈ, ਕਿਸੇ ਦੇ 12,000 10,000 ਇਨਕਮ ਹੁੰਦੀ ਆ, ਫਿਰ ਉਹ ਫੀਸ ਨਹੀਂ ਦੇ ਸਕਦੇ ਕਿਸੇ, ਅਤੇ ਬਾਕੀ ਜਗ੍ਹਾ ਸਰਕਾਰ ਖਰਚਾ ਕਰਦੀ ਹੈ, ਪੜ੍ਹਾਈ 'ਚ ਖਰਚਾ ਘੱਟ ਹੋਣਾ ਚਾਹੀਦਾ ਸਰਕਾਰ, ਮਤਲਬ ਕਿਸੇ ਦੀ ਨਹੀਂ ਲੋੜ ਹੁੰਦੀ ਤਾਂ ਉਹਨੂੰ ਫ੍ਰੀ ਕਰੋ, ਕੁਛ ਪੇ ਵਗੈਰਾ ਕਰ ਦਿਉ, ਪਰ ਇਹ ਤਾਂ ਗਲਤ ਹੈ, ਕੁੱਟਮਾਰ ਕੀਤੀ ਹੈ। ਹਾਂ ਹਾਂਜੀ, ਮਹਿੰਗੀ ਨਹੀਂ ਹੋਣੀ ਚਾਹੀਦੀ, ਕੁੱਟਮਾਰ ਕੀਤੀ ਤਾਂ ਗਲਤ ਹੈ, ਇਹਦਾ ਹੱਕ ਹੈ, ਉਹਨਾਂ ਦਾ ਆਪਣਾ ਹੱਕ ਤਾਂ ਕਰ ਸਕਦੇ ਹੋ, ਲੈ ਸਕਦੇ ਇੰਡੀਆ ਹੈ ਤਾਂ, ਬਾਕੀ ਗਲਤ ਹੋਇਆ। ਤੁਹਾਡਾ ਕੀ ਨਾਮ ਹੈ? ਗਗਨਦੀਪ। ਗਗਨਦੀਪ, ਤੁਸੀਂ ਕੀ ਸੋਚਦੇ ਹੋ ਕਿ ਫੀਸਾਂ ਜਿਹੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਅਤੇ ਜਿਹੜੇ ਆਮ ਵਿਦਿਆਰਥੀ ਨੇ ਗਰੀਬ ਪਰਿਵਾਰਾਂ ਦੇ, ਉਹਨਾਂ ਦੀ ਪਹੁੰਚ ਜਿਹੜੀ ਉੱਚ ਪੱਧਰ ਦੀ ਪੜ੍ਹਾਈ ਉਹ ਬਾਹਰ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਇਹ ਗਲਤ ਹੈ, ਫੀਸਾਂ ਨਹੀਂ ਵਧਣੀਆਂ ਚਾਹੀਦੀਆਂ? ਇਹ ਗਲਤ ਹੈ ਜੀ, ਯੂਥ ਦੀ ਨਾ ਗੱਲ ਸਮਝੀ ਤਾਂ ਸਰਕਾਰ ਨੇ ਫਿਰ ਫਾਇਦਾ ਵੀ ਨਹੀਂ ਨਾ ਉਹਦਾ, ਤੁਸੀਂ ਕਿਉਂਕਿ ਯੂਥ ਦੀ ਸੁਣੋਗੇ ਤਾਂ ਹੀ ਅੱਗੇ ਦੇਸ਼ ਵਧਣਾ, ਅਤੇ ਪੜ੍ਹਾਈ ਮੇਨ ਜੇਐਨਯੂ ਦੀ ਮੇਨ ਪੜ੍ਹਾਈ ਬਹੁਤ ਵੱਡੀ ਯੂਨੀਵਰਸਿਟੀ ਆ, ਅਤੇ ਖੜਦੀ ਤਾਂ ਉਹਨੇ ਗਲਤ ਕੀਤੀ ਜੋ ਵੀ ਉਹਨੂੰ ਕੁੱਟਮਾਰ ਹੋਈ, ਉਹ ਪ੍ਰੋਟੈਸਟ ਕਰ ਰਹੇ ਨੇ, ਬਹੁਤ ਵਧੀਆ ਗੱਲ ਆ, ਕਿਉਂਕਿ ਆਪਣੇ ਹੱਕ ਲਈ ਜਿਨ੍ਹਾਂ ਨੇ ਲੜਨਾ ਤਾਂ ਲੜਨਾ ਹੀ ਆ। ਤੁਹਾਨੂੰ ਲੱਗਦਾ ਕਿ ਵੱਡੇ ਲੈਵਲ ਦੀਆਂ ਯੂਨੀਵਰਸਿਟੀਆਂ ਤੱਕ ਬੱਚਿਆਂ ਦੀ ਪਹੁੰਚ ਹੌਲੀ ਹੌਲੀ ਘੱਟ ਰਹੀ ਹੈ, ਕਿ ਘੱਟ ਬੱਚੇ ਜਾ ਰਹੇ ਅੱਗੇ ਪੜ੍ਹਾਈ ਕਰਨ ਦੇ ਲਈ? ਇਹਦੀ ਵਜ੍ਹਾ ਇੱਕ ਇਹ ਹੀ ਹੈ ਕਿ ਜਦੋਂ ਸਰਕਾਰਾਂ ਫੀਸਾਂ ਵਧਾ ਦਿੰਦੀਆਂ ਨੇ ਤਾਂ ਉਹਨਾਂ ਦੀ ਪੜ੍ਹਾਈ ਜਿਹੜੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਹਾਂਜੀ, ਉਹ ਓਬਵੀਅਸਲੀ ਗੱਲ, ਜਿਨ੍ਹਾਂ ਜਿਹੜੇ ਨਹੀਂ ਅਫੋਰਡ ਨਹੀਂ ਕਰ ਸਕਦੇ ਉਹ ਕਿਵੇਂ ਜਾਣਗੇ ਵੱਡੀ ਯੂਨੀਵਰਸਿਟੀਆਂ 'ਚ, ਜਿਹੜੇ ਅਫੋਰਡ ਹੀ ਨਹੀਂ ਕਰ ਸਕਦੇ, ਪ੍ਰਾਈਵੇਟ ਯੂਨੀਵਰਸਿਟੀ ਇੰਨੀ ਮਹਿੰਗੀਆਂ ਨੇ, ਸਰ ਜੇ ਸਰਕਾਰੀ ਯੂਨੀਵਰਸਿਟੀ ਇੰਨੀ ਮਹਿੰਗੀਆਂ ਹੋ ਜਾਣਗੀਆਂ ਫਾਇਦਾ ਨਹੀਂ, ਫਿਰ ਬੱਚੇ ਪੜ੍ਹਨਗੇ ਇੱਥੇ? ਤੁਹਾਡਾ ਕੀ ਨਾਮ ਹੈ? ਹਰਦੀਪ। ਹਰਦੀਪ, ਤੁਸੀਂ ਦੱਸੋ ਤੁਸੀਂ ਕੀ ਸੋਚਦੇ? ਭਾਅ ਜੀ, ਬਿਲਕੁਲ ਜਾਇਜ਼ ਗੱਲ ਹੈ ਜੀ ਇਹਨਾਂ ਦੀ,
ਹੁਣ ਜਿੱਦਾਂ ਰੂਮ ਦੇ ਕਿਰਾਏ ਵੱਧ ਰਹੇ ਨੇ ਉਹਨਾਂ ਦੇ, ਇੱਦਾਂ ਵੱਧ ਰਹੀਆਂ ਫੀਸਾਂ ਵੱਧ ਰਹੀਆਂ ਨੇ, ਸਾਰੀ ਚੀਜ਼ਾਂ ਗਲਤ ਨੇ। ਪਰ ਬਾਕੀ ਹੁਣ ਜੋ ਵੀ ਹੈ ਹੁਣ ਅਸੀਂ ਨਾਲ ਖੜੇ ਹਾਂ ਉਹਨਾਂ ਦੇ, ਇੱਥੇ ਵੀ ਖੜੇ ਹਾਂ ਜੀ, ਉੱਥੇ ਵੀ ਜਾ ਕੇ ਖੜਾਂਗੇ ਜੇ ਸਾਨੂੰ ਲੋੜ ਪਈ। ਬਸ ਇਹੀ ਕਹਿਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਵੀ ਜੋ ਸਰਕਾਰਾਂ ਜਿਹੜੀਆਂ ਨੇ, ਕਿਉਂ ਲੱਗਦਾ ਕਿ ਫੀਸਾਂ ਲਗਾਤਾਰ ਵਧਾ ਰਹੀਆਂ ਨੇ, ਪੜ੍ਹਾਈ ਲੋਕਾਂ ਦੀ ਪਹੁੰਚ ਬਾਹਰ? ਇਹਦਾ ਹੁਣ ਭਾਅ ਜੀ ਮੈਂ ਰੀਜ਼ਨ ਇਹ ਦਊਂਗਾ ਕਿ ਹੋਰ ਜਿੱਥੇ ਕਾਲਜਿਸ ਨੇ ਉਹਨਾਂ ਦੇ ਵੱਧ ਖਰਚਾ ਕਰ ਰਹੀਆਂ ਨੇ, ਹੋਰ ਨਵੀਆਂ ਨਵੀਆਂ ਬਿਲਡਿੰਗਸ ਬਣਾ ਰਹੇ ਨੇ, ਸਰਕਾਰੀ ਮੌਲ ਬਣ ਰਹੇ ਨੇ, ਇੱਦਾਂ ਸਾਰੀ ਕਾਫੀ ਕੁਝ ਚੀਜ਼ਾਂ ਬਣ ਰਹੀਆਂ ਨੇ, ਪਰ ਜਿਹੜੇ ਸਟੂਡੈਂਟਸ ਨੇ ਇਹਨਾਂ ਲਈ ਕੁਛ ਨਹੀਂ ਕਰ ਰਹੇ। ਠੀਕ ਹੈ ਜੀ, ਅਤੇ ਬਸ ਹੋਰ ਤਾਂ ਤੁਸੀਂ ਮੰਨਦੇ ਹੋ ਕਿ ਸਾਡੇ ਕਿਹਾ ਜਾ ਰਿਹਾ ਕਿ ਅਸੀਂ 5 ਟ੍ਰਿਲੀਅਨ ਡਾਲਰ ਦੀ ਜਿਹੜੀ ਇਕਾਨਮੀ ਬਣਨ ਜਾ ਰਹੇ ਹਾਂ, ਜਦੋਂ ਸਾਡੀ ਇਕਾਨਮੀ ਵੱਧ ਰਹੀ ਹੈ ਤਾਂ ਤੁਹਾਨੂੰ ਲੱਗਦਾ ਕਿ ਪੜ੍ਹਾਈ ਸਸਤੀ ਹੋਣੀ ਚਾਹੀਦੀ ਹੈ ਮਹਿੰਗੀ ਹੋਣ ਦੀ ਬਜਾਏ? ਭਾਅ ਜੀ ਪੜ੍ਹਾਈ ਬਹੁਤ ਸਸਤੀ ਹੋਣੀ ਚਾਹੀਦੀ ਹੈ, ਕਿਉਂਕਿ ਜਿੱਦਾਂ ਜਿੱਦਾਂ ਹੁਣ ਅੱਗੇ ਅਸੀਂ ਵੱਧ ਰਹੇ ਹਾਂ ਤਾਂ ਉੱਦਾਂ ਉੱਦਾਂ ਸਾਡੀ ਤਨਖਾਹਾਂ ਵੀ ਵੱਧ ਰਹੀਆਂ ਨੇ, ਤਾਂ ਉੱਦਾਂ ਉੱਦਾਂ ਅਸੀਂ ਪੇ ਵੀ ਜ਼ਿਆਦਾ ਕਰ ਰਹੇ ਹਾਂ ਸਰਕਾਰ ਨੂੰ, ਫਿਰ ਉਸ ਹਿਸਾਬ ਨਾਲ ਸਾਨੂੰ ਐਜੂਕੇਸ਼ਨ ਜ਼ਿਆਦਾ ਮਿਲਣੀ ਚਾਹੀਦੀ ਹੈ ਘੱਟ ਫੀਸਾਂ 'ਤੇ। ਬਸ ਇਹ ਕਹਿਣਾ ਚਾਹੁੰਦਾ ਜੀ। ਇੱਕ ਮੈਨੂੰ ਇਹ ਗੱਲ ਦੱਸੋ ਕਿ ਇੱਕ ਥੋੜ੍ਹਾ ਜਿਹਾ ਜੇ ਐਨ ਯੂ ਦੇ ਵਿੱਚ ਜਦੋਂ ਜਾਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਬੱਚੇ ਇੰਨੇ ਘੱਟ ਫੀਸਾਂ 'ਤੇ ਪੜ੍ਹਦੇ ਆ, ਉਹਨਾਂ ਨੂੰ ਲੈ ਕੇ ਕਈ ਲੋਕ ਇਹ ਤਰਕ ਦਿੰਦੇ ਆ ਕਿ ਦੇਖੋ ਜੇ ਉਹ ਕੱਪੜੇ ਖਰੀਦ ਸਕਦੇ ਆ, ਬੂਟ ਖਰੀਦ ਸਕਦੇ ਆ, ਜਾਂ ਫਿਲਮਾਂ ਵੇਖ ਸਕਦੇ ਆ ਕਿਤੇ ਬਾਹਰ ਜਾ ਕੇ, ਤਾਂ ਉਹ ਫੀਸ ਕਿਉਂ ਨਹੀਂ ਦੇ ਸਕਦੇ? ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਤਰਕ ਜਾਇਜ਼ ਹੈ ਦੇਣੇ? ਯੂਥ ਹੈ ਇਹ, ਬੱਚੇ ਨੇ, ਇਹਨਾਂ ਨੇ ਹੁਣ ਖਰੀਦਣੇ ਕੱਪੜੇ ਵੀ ਪਾਉਣੇ ਨੇ, ਠੀਕ ਹੈ, ਅਤੇ ਬਟ ਪੜ੍ਹਾਈ ਇੱਕ ਅਲੱਗ ਚੀਜ਼ ਆ ਜਾਂਦੀ ਚੀਜ਼ ਜਿਹੜੀ ਜ਼ਰੂਰੀ ਆ, ਜੇ ਉਸ ਉਹਦੇ ਨਾਲ ਇੱਕ ਬੱਚਾ ਫਿਊਚਰ 'ਚ ਆਪਣੇ ਕੱਪੜੇ ਖਰੀਦ ਸਕਦਾ, ਆਪਣੀ ਫੈਮਿਲੀ ਨੂੰ ਦੇ ਸਕਦਾ, ਜੋ ਵੀ ਕਰ ਸਕਦਾ ਨਾ। ਦੇਖੋ ਭਾਅ ਜੀ ਪਤਾ ਕੀ ਹੈ, ਮੈਂ ਤੁਹਾਨੂੰ ਦੱਸਦਾ, ਹੁਣ ਫੀਸ ਹੈ, ਫੀਸ ਆਪਣੀ ਹੈ 12, 15, 18, 20, 22 ਹਜ਼ਾਰ ਰੁਪਏ, ਅਤੇ ਕੱਪੜੇ ਬੱਚੇ ਕਿੰਨੇ ਦੇ ਪਾਉਂਦਾ ਜੀ? 500 ਦੀ ਸ਼ਰਟ ਹੋ ਗਈ, 1000 ਦੀ ਪੈਂਟ ਹੋ ਗਈ, 500 ਦੇ ਬੂਟ ਹੋ ਗਏ, ਠੀਕ ਹੈ ਜੀ, ਇਹਨੂੰ ਫੀਸ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਪਾਉਂਦਾ ਤਾਂ ਪਾਉਂਦਾ, ਮੂਵੀਜ਼ ਦੇਖਦਾ, ਮੂਵੀਜ਼ ਕਿੰਨੇ ਦੀਆਂ ਨੇ, 120-130 ਰੁਪਏ ਦੀ ਟਿਕਟ ਹੈ ਮੂਵੀਜ਼ ਦੀ, ਅਤੇ ਉਹਨੂੰ ਫੀਸ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਕਿ ਫੀਸ ਬਹੁਤ ਜ਼ਿਆਦਾ ਹੁੰਦੀ ਹੈ, ਫਾਦਰ ਨੂੰ ਦੇਣ ਨੂੰ ਤਕਲੀਫ ਹੁੰਦੀ ਹੈ, ਕੱਪੜੇ ਦੀ ਕੋਈ ਚੀਜ਼ ਨਹੀਂ ਹੈਗੀ, ਇਹਦੇ ਰੋਜ਼ਾਨਾ ਇਸਤੇਮਾਲ ਕਰਨਾ। ਇੱਕ ਛੋਟਾ ਜਿਹਾ ਹੋਰ ਗੱਲ ਹੈ, ਜੇ ਐਨ ਯੂ ਦੇ ਵਿੱਚ ਚੱਲ ਰਹੀ ਹੈ ਗੱਲ ਲਾਇਬ੍ਰੇਰੀ ਦਾ ਬੜਾ ਇਸ਼ੂ ਹੈ ਰੀਡਿੰਗ ਰੂਮ ਦਾ, ਕਿ ਰਾਤ ਨੂੰ ਜਿਹੜੀ ਆ ਉਹ ਕਹਿ ਰਹੇ ਕਿ ਅਸੀਂ 11-12 ਵਜੇ ਤੱਕ ਬੰਦ ਕਰ ਦਾਂਗੇ, ਪਰ ਬੱਚੇ ਕਹਿ ਰਹੇ ਆ ਕਿ ਪੜ੍ਹਾਈ ਦਾ ਕੋਈ ਟਾਈਮ ਨਹੀਂ ਹੈ, ਕਈ ਵਾਰ ਅਸੀਂ ਲੇਟ ਹੋ ਜਾਂਦੇ ਹਾਂ, ਅਤੇ ਉਹ ਸਾਰੀ ਰਾਤ ਖੁੱਲ੍ਹੀ ਰਹਿਣੀ ਚਾਹੀਦੀ ਹੈ ਜੋ ਪੜ੍ਹਾਈ ਵਾਲੀ ਜਗ੍ਹਾ ਹੈ। ਤੁਸੀਂ ਸਹਿਮਤ ਹੋ ਕਿ ਪੜ੍ਹਾਈ ਲਈ ਰੀਡਿੰਗ ਰੂਮ ਖੁੱਲ੍ਹੇ ਰਹਿਣੇ ਚਾਹੀਦੇ? ਹਾਂਜੀ ਜ਼ਰੂਰ ਜੀ, ਮਤਲਬ ਇੱਕ ਟਾਈਮ ਮਿਲਦਾ, ਕਦੇ ਕਦਾਰ ਬੰਦਾ ਸਵੇਰੇ ਵਿਹਲਾ ਨਹੀਂ ਹੁੰਦਾ, ਅਤੇ ਸ਼ਾਮ ਨੂੰ ਰਾਤ ਨੂੰ ਕਦੇ ਵੀ ਜਾ ਸਕੋ ਪੜ੍ਹ ਕੇ ਸਕਦਾ, ਅਤੇ ਅਗਰ ਉਹਦੇ 'ਚ ਰੋਕ ਕੀਤਾ ਜਾਵੇ ਫਿਰ ਤਾਂ ਗਲਤ ਆ। ਅਤੇ ਦਿੱਲੀ ਵਰਗਾ ਸ਼ਹਿਰ ਆਪਣਾ ਸਾਰਾ ਦਿਨ 'ਚ, ਹਾਂ ਰਾਜਧਾਨੀ ਹੈ ਪੂਰੇ ਦੇਸ਼ ਦੀ, ਦਿਨ ਰਾਤ ਚੱਲਦਾ ਉਹਦੇ ਉਹ ਸਿਟੀ, ਦਿਨ ਰਾਤ ਚੱਲਦੀ ਹੈ ਸਿਟੀ, ਅਤੇ ਕੁਛ ਬੱਚੇ ਦਿਨੇ ਜੋਬ ਕਰਦੇ ਆ, ਰਾਤ ਨੂੰ ਪੜ੍ਹਦੇ ਆ, ਇੰਨੇ ਹਾਰਡ ਵਰਕ ਕਰਦੇ ਆ, ਅਤੇ ਨਾਲੇ ਉਹਨਾਂ ਨਾਲ ਹੀ ਇਹ ਕੀਤਾ ਜਾਵੇ ਫਿਰ ਕਿਵੇਂ ਚੱਲੂਗਾ ਕੰਮ? ਸੋ ਬਿਲਕੁਲ ਜੀ, ਅਸੀਂ ਇਹਨਾਂ ਵਿਦਿਆਰਥੀਆਂ ਨਾਲ ਗੱਲ ਕੀਤੀ ਹੈ, ਸੋ ਲਗਾਤਾਰ ਉਹਨਾਂ ਦਾ ਇਹ ਕਹਿਣਾ ਹੈ ਕਿ ਪੜ੍ਹਾਈ ਜਿਹੜੀ ਹੈ ਉਹ ਸਸਤੀ ਹੋਣੀ ਚਾਹੀਦੀ ਹੈ, ਉਸ 'ਤੇ ਖਰਚਾ ਜਿਹੜਾ ਬਹੁਤਾ ਨਹੀਂ ਹੋਣਾ ਚਾਹੀਦਾ, ਅਤੇ ਜੇ ਐਨ ਯੂ ਦੇ ਵਿੱਚ ਜੋ ਬੱਚਿਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਹੈ ਸਰਕਾਰ ਦੇ ਸਾਹਮਣੇ, ਉਸ ਦੇ ਨਾਲ ਸਹਿਮਤ, ਅਤੇ ਕੁਝ ਹੋਰ ਬੱਚਿਆਂ ਨਾਲ ਗੱਲਬਾਤ ਕਰਾਂਗੇ। ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਲਵਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਗੱਲ ਅਸੀਂ ਕਰ ਰਹੇ ਹਾਂ ਜੇ ਐਨ ਯੂ ਦੇ ਮੁੱਦੇ ਦੇ ਉੱਤੇ, ਜਿੱਥੇ ਕਿ ਵਿਦਿਆਰਥੀ ਜਿਹੜੇ ਨੇ ਲਗਾਤਾਰ ਵਿਰੋਧ ਪ੍ਰਦਰਸ਼ਨ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਮੰਗ ਉਹ ਇਹੀ ਕਰ ਰਹੇ ਨੇ ਕਿ ਜੋ ਫੀਸਾਂ 'ਚ ਵਾਧਾ ਕੀਤਾ ਗਿਆ ਹੈ ਉਹ ਜਾਇਜ਼ ਨਹੀਂ ਹੈ, ਸਰਕਾਰ ਇਸ ਨੂੰ ਵਾਪਸ ਲਵੇ। ਕੁਝ ਹੋਰ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਕੀ ਨਾਮ ਹੈ ਤੁਹਾਡਾ? ਜਿਨਸੂ ਬੰਸਲ ਜੀ। ਤੁਸੀਂ ਦੱਸੋ ਕਿ ਜੇ ਐਨ ਯੂ ਦੇ ਵਿੱਚ ਵਿਦਿਆਰਥੀ ਪ੍ਰੋਟੈਸਟ ਕਰ ਰਿਹਾ, ਫੀਸਾਂ 'ਚ ਵਾਧਾ ਹੋਇਆ, ਤੁਹਾਨੂੰ ਲੱਗਦਾ ਕਿ ਸਰਕਾਰ ਦਾ ਫੈਸਲਾ ਗਲਤ ਹੈ ਜਾਂ ਸਹੀ ਹੈ? ਆਈ ਥਿੰਕ ਇਹ ਸਟੂਡੈਂਟਸ ਨੂੰ ਮਿਲ ਕੇ ਉਹਨਾਂ ਨਾਲ ਡਿਸਕਸ ਕਰਕੇ ਫਿਰ ਹੀ ਹੋਣਾ ਚਾਹੀਦਾ, ਜਿਹੜਾ ਵੀ ਕੋਈ ਡਿਸੀਜਨ ਹੋਣਾ ਚਾਹੀਦਾ ਹੈਗਾ। ਪੜ੍ਹਾਈ ਹੈ, ਇਹ ਇੱਕ ਬੇਸਿਕ ਨੀਡ ਹੈ ਹਰ ਕਿਸੇ ਦੀ, ਅਤੇ ਜੇ ਆਪਾਂ ਦੇਖੀਏ ਕਿ ਹਾਇਰ ਐਜੂਕੇਸ਼ਨ 'ਚ ਆਪਣੇ ਬਹੁਤ ਹੀ ਘੱਟ ਸਟੂਡੈਂਟ ਨੇ ਜਿਹੜੇ ਪੜ੍ਹ ਰਹੇ ਨੇਗੇ, ਜਿਨ੍ਹਾਂ ਨੂੰ ਕਿ ਇਹ ਇੱਕ ਕੀ ਕਰੀਏ ਮੌਕਾ ਨਹੀਂ ਮਿਲਦਾ, ਅਤੇ ਮੈਂ ਬੜਾ ਖੁਸ਼ ਨਹੀਂ ਸੀ ਮੈਂ ਜਿਹੜਾ ਮੈਨੂੰ ਮੌਕਾ ਮਿਲ ਗਿਆ। ਫਾਈਨੈਂਸ਼ੀਅਲ ਕੰਡੀਸ਼ਨ ਘਰ ਦੀ ਸਹੀ ਸੀਗੀ, ਪਰ ਇਹ ਹਰ ਕਿਸੇ ਦੀ ਨਹੀਂ ਹੈਗੀ, ਅਤੇ ਆਈ ਥਿੰਕ ਵੀ ਇਹ ਬਿਨਾਂ ਉਹਨਾਂ ਨੂੰ ਡਿਸਕਸ ਕੀਤੇ, ਬਿਨਾਂ ਉਹਨਾਂ ਨੂੰ ਮਿਲੇ ਇਹ ਡਿਸੀਜਨ ਕਦੇ ਵੀ ਨਹੀਂ ਲੈਣਾ ਚਾਹੀਦਾ ਜੀ। ਤੁਸੀਂ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਕਰਨ ਸਿੰਘ ਹੈ ਜੀ। ਜਸਕਰਨ, ਤੁਸੀਂ ਦੱਸੋ ਕਿ ਫੀਸਾਂ ਵੱਧ ਰਹੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ, ਜੇ ਐਨ ਯੂ 'ਚ ਵਧੀ ਹੈ, ਬੱਚੇ ਪ੍ਰੋਟੈਸਟ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਫੀਸ ਵਾਧਾ ਵਾਪਸ ਹੋਣਾ ਚਾਹੀਦਾ? ਹਾਂਜੀ, ਫੀਸ ਵਾਧਾ ਵਾਪਸ ਹੋਣਾ ਚਾਹੀਦਾ, ਕਿਉਂਕਿ ਪੜ੍ਹਾਈ ਇੱਕ ਹਰ ਬੰਦੇ ਦਾ ਹੱਕ ਆ, ਅਤੇ ਉਸ ਨੂੰ ਇਹ ਮੌਕਾ ਮਿਲਣਾ ਚਾਹੀਦਾ ਕਿ ਉਹ ਪੜ੍ਹੇ। ਜਿੱਦਾਂ ਸਰਕਾਰ ਹੋਰ ਚੀਜ਼ਾਂ ਦੇ ਪੈਸੇ ਖਰਚ ਕਰਦੀ ਹੈ, ਤਾਂ ਜੇ ਉਹ ਪੜ੍ਹਾਈ 'ਤੇ ਕਰੇਗੀ ਤਾਂ ਉਸਦਾ ਫਾਇਦਾ ਜ਼ਿਆਦਾ ਲੋਕਾਂ ਨੂੰ ਮਿਲੇਗਾ। ਸੋ ਮੈਨੂੰ ਲੱਗਦਾ ਕਿ ਪੜ੍ਹਾਈ ਹਰ ਇੱਕ ਬੰਦੇ ਦਾ ਹੱਕ ਆ, ਅਤੇ ਉਸ ਨੂੰ ਜੇ ਫੀਸਾਂ ਵਧਣਗੀਆਂ ਤਾਂ ਪੜ੍ਹਾਈ ਜਿਹੜੀ ਹੈ ਹੋਰ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋਏਗੀ? ਹਾਂਜੀ, ਪੜ੍ਹਾਈ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋਏਗੀ, ਕਿਉਂਕਿ ਜਿਵੇਂ ਹੁਣ ਕੋਈ ਬੰਦਾ ਇੰਜੀਨੀਅਰਿੰਗ ਕਰਦਾ, ਇੰਜੀਨੀਅਰਿੰਗ ਕਾਲਜਿਸ ਦੀ ਫੀਸ ਜ਼ਿਆਦਾ, ਅਤੇ ਉਸ ਤੋਂ ਬਾਅਦ ਉਹਨੂੰ ਉੱਦਾਂ ਦੀ ਨੌਕਰੀ ਨਹੀਂ ਮਿਲਦੀ ਹੈਗੀ ਕਿ ਉਹ ਆਪਣੀਆਂ
ਹਿਮਾਂਸ਼ੂ ਚੌਧਰੀ। ਹਿਮਾਂਸ਼ੂ, ਤੁਸੀਂ ਦੱਸੋ ਕਿ ਕੀ ਲੱਗਦਾ ਹੈ ਕਿ ਜੇ ਐਨ ਯੂ ਦੇ ਵਿੱਚ ਬੱਚਿਆਂ ਦਾ ਜੋ ਵਿਰੋਧ ਪ੍ਰੋਟੈਸਟ ਹੈ ਉਹ ਤੁਹਾਨੂੰ ਲੱਗਦਾ ਕਿ ਸਹੀ ਹੈ ਅਤੇ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ? ਨਹੀਂ ਸਰ, ਬਿਲਕੁਲ ਸਹੀ ਆ ਜੀ। ਜਿਵੇਂ ਹੁਣ ਜਿਹੜੇ ਜਵਾਕ ਨੇ ਉਹ ਤਾਂ ਆਪਦੀ ਗੱਲ ਰੱਖਣਗੇ, ਹੁਣ ਉਹਨਾਂ ਦੀ ਐਂ ਤਾਂ ਨਹੀਂ ਸਿੱਧੀ ਅਥਾਰਟੀ ਨਾਲ ਲਿੰਕ ਹੈ, ਉਹ ਆਪਦੀ ਗੱਲ ਰੱਖਣਗੇ। ਹੁਣ ਜੇ ਹਰ ਕੋਈ ਐਵੇਂ ਸੁਣ ਲਵੇ ਤਾਂ ਉਹ ਪ੍ਰੋਟੈਸਟ ਨਾ ਕਰਨ, ਹੁਣ ਕੋਈ ਸੁਣਦੇ ਨਹੀਂ ਤਾਂ ਪ੍ਰੋਟੈਸਟ ਤਾਂ ਬਣਦਾ ਹੀ ਹੈ। ਤਾਂ ਹੀ ਲੱਗਦਾ ਕਿ ਯੂਨੀਵਰਸਿਟੀਆਂ 'ਚ ਕੀ ਹਾਲਾਤ ਬਣ ਰਹੇ ਆ ਕਿ ਫੀਸਾਂ ਲਗਾਤਾਰ ਵੱਧ ਰਹੀਆਂ ਨੇ, ਲੱਗਦਾ ਕਿ ਆਮ ਬੰਦਾ ਜਿਹੜਾ ਹੈ, ਆਮ ਬੱਚੇ ਨੇ, ਇਹ ਉੱਚੀ ਪੜ੍ਹਾਈ ਉਹਨਾਂ ਦੀ ਪਹੁੰਚੋਂ ਬਾਹਰ ਹੋ ਰਹੀ ਹੈ? ਬਿਲਕੁਲ ਸਰ, ਜਿਵੇਂ ਹੁਣ ਜਿਹੜੀ ਆਪਣੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ, ਇੱਥੇ ਨੈਸ਼ਨਲ ਲੈਵਲ ਹੈ, ਜਵਾਕ ਹਰ ਕਿਤੋਂ ਆਉਂਦਾ, ਬਿਹਾਰ ਤੋਂ ਆਉਣਾ, ਥੱਲੇ ਹਰ ਲੈਵਲ ਦਾ ਜਵਾਕ ਆਉਂਦਾ, ਹਰ ਕਿਸੇ ਦੇ ਵੱਸ ਦੀ ਨਹੀਂ ਹੁੰਦੀ ਬਈ ਫੀਸ ਦੇ ਦੇਵੇ। ਹੁਣ ਜਿਵੇਂ ਪਿੱਛੇ ਜੇ IIT ਨੇ ਵਧਾਈ, ਲੱਖ ਲੱਖ ਰੁਪਈਆ ਫੀਸ ਵਧਾ ਤੀ, ਹੁਣ ਬੰਦਾ ਕਿੱਥੋਂ ਭਰ ਦੇਵੇ ਇੰਨੀ ਫੀਸ? ਅਤੇ ਹਰ ਕਿਸੇ ਦਾ ਹੁੰਦਾ ਹੈ, ਹਰ ਕਿਸੇ ਦਾ ਸੋਚ ਕੇ ਕਰਨਾ। ਹੁਣ ਜੇ ਇੱਕੋ ਇੱਕ ਬਈ ਏ ਕੈਟੇਗਰੀ ਦੀ ਫੀਸ ਵਧਣੀ ਹੈ, ਫਿਰ ਵੀ ਗੱਲ ਹੈ, ਹੁਣ ਉਹਨਾਂ ਸਾਰਿਆਂ ਦੀ ਵਧਾ ਤੀ, ਜਿਹੜਾ ਜਵਾਕ ਗਰੀਬ ਹੈ ਉਹ ਤਾਂ ਮਰੂਗਾ ਵਿਚਾਰਾ। ਕੀ ਲੱਗਦਾ ਕਿ ਉਹ ਫੀਸ ਵਾਧਾ ਗਲਤ ਕੀਤਾ, ਸਰਕਾਰ ਨੇ ਵਾਪਸ ਹੋਣਾ ਚਾਹੀਦਾ? ਹਾਂਜੀ, ਉਹ ਬਿਲਕੁਲ ਗਲਤ ਕੀਤਾ ਗਿਆ ਹੈ ਜੋ ਵੀ ਫੀਸ ਵਧਾਈ ਗਈ ਹੈ ਜਵਾਕਾਂ ਦੀ, ਕਿਉਂਕਿ ਹਰ ਕੋਈ ਇੰਨੀ ਮਹਿੰਗੀ ਐਜੂਕੇਸ਼ਨ ਅਫੋਰਡ ਨਹੀਂ ਕਰ ਪਾਉਂਦਾ। ਕਈਆਂ ਦੀ ਫੈਮਿਲੀ ਇਨਕਮ 6,000 12,000 ਵੱਧ ਤੋਂ ਵੱਧ ਹੁੰਦੀ ਹੈ, ਉਹਨਾਂ ਨੇ ਘਰ ਦੇ ਖਰਚ, ਉੱਦਾਂ ਵੀ ਮਹਿੰਗਾਈ ਦਾ ਦੌਰ ਚੱਲ ਰਿਹਾ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ। ਲੱਗਦਾ ਕਿ ਜੇ ਇਸ ਤਰੀਕੇ ਫੀਸਾਂ ਵੱਧਦੀਆਂ ਰਹੀਆਂ ਤਾਂ ਪੜ੍ਹਾਈ ਜਿਹੜੀ ਹੈ ਉਹ ਗਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਜਾਏਗੀ ਫਿਰ? ਹਾਂਜੀ ਬਿਲਕੁਲ, ਜਿਵੇਂ ਤੁਹਾਨੂੰ ਦੱਸਿਆ ਹੀ ਕਿ ਜਿਵੇਂ ਹਰੇਕ ਕੋਈ ਐਵੇਂ ਅਫੋਰਡ ਨਹੀਂ ਕਰ ਸਕਦਾ, ਕਿਸੇ ਦੀ ਇੰਨੀ ਪਹੁੰਚ ਨਹੀਂ ਹੁੰਦੀ, ਕਮਾਈ ਨਹੀਂ ਹੁੰਦੀ ਮਤਲਬ ਕਿ ਫੈਮਿਲੀ ਦੀ, ਤਾਂ ਬਿਲਕੁਲ ਗਰੀਬ ਬੱਚੇ ਨੂੰ ਉਹ ਨਹੀਂ। ਕੀ ਲੱਗਦਾ ਕਿ ਕਿਉਂ ਫੀਸਾਂ ਵਧਾਉਂਦੀ ਹੈ ਸਰਕਾਰ? ਹਰ ਵਾਰ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਯੂਨੀਵਰਸਿਟੀਆਂ 'ਚ ਪ੍ਰੋਟੈਸਟ ਹੁੰਦੇ ਆ, ਅਸੀਂ ਪੰਜਾਬ ਯੂਨੀਵਰਸਿਟੀ 'ਚ ਵੀ ਕਈ ਵਾਰ ਦੇਖਿਆ ਹੈ। ਕੀ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਕਿਉਂ ਵਧਾਉਂਦੀਆਂ ਨੇ? ਸਰਕਾਰਾਂ ਉੱਦਾਂ ਆਪਣੇ ਇੰਡੀਆ 'ਚ ਹੀ ਦੇਖਿਆ ਜਾਵੇ ਤਾਂ ਐਜੂਕੇਸ਼ਨ ਦੇ ਮਾਮਲੇ 'ਚ ਆਪਣੀ ਇਨਵੈਸਟੀ ਬਹੁਤ ਘੱਟ ਕਰ ਰਹੀ ਹੈ, ਤਾਂ ਹਰ ਕੋਈ ਆਪਣਾ ਕਾਲਜ ਯੂਨੀਵਰਸਿਟੀ ਆਪਣੇ ਫੰਡ ਇਕੱਠੇ ਕਰਨ ਵਾਸਤੇ ਬੱਚਿਆਂ ਤੋਂ ਹੀ ਮਤਲਬ ਕਿ ਫੀਸ ਦਾ ਸਾਰਾ ਇਕੱਠਾ ਕਰ ਰਹੀ ਹੈ ਆਪਣੇ ਉਹਨੂੰ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ। ਹਾਂਜੀ ਬਿਲਕੁਲ, ਇਨਵੈਸਟਮੈਂਟ ਇਹੀ ਹੈ ਜੀ। ਸਰਕਾਰ ਆਪਣੇ ਬਜਟ ਦੇ ਵਿੱਚੋਂ ਸਿਰਫ 4.5% ਜਿਹੜਾ ਹੈ ਉਹ ਐਜੂਕੇਸ਼ਨ 'ਤੇ ਫਿਲਹਾਲ ਖਰਚ ਰਹੀ ਹੈ। ਜੋ ਮਾਹਰ ਨੇ ਉਹ ਕਹਿੰਦੇ ਨੇ ਕਿ 6% ਘੱਟੋ ਘੱਟ ਹੋਣਾ ਚਾਹੀਦਾ। ਭਾਅ ਜੀ ਤੁਹਾਡਾ ਕੀ ਨਾਮ ਹੈ? ਜੋਬਨਪ੍ਰੀਤ ਸਿੰਘ ਗੁਰਾਇਆ ਵੀਰੇ। ਜੋਬਨਪ੍ਰੀਤ, ਤੁਸੀਂ ਦੱਸੋ ਕਿ ਯੂਨੀਵਰਸਿਟੀਆਂ ਦੇ ਵਿੱਚ ਫੀਸਾਂ ਵੱਧ ਰਹੀਆਂ ਨੇ, GNU ਦੇ ਵਿੱਚ ਫੀਸ ਵਧਾਈ ਗਈ, ਬੱਚੇ ਪ੍ਰੋਟੈਸਟ ਕਰ ਰਹੇ ਆ, ਕੀ ਸੋਚਦੇ ਉਹਦੇ ਬਾਰੇ? ਵੀਰੇ ਬਹੁਤ ਜ਼ਿਆਦਾ ਗਲਤ ਕੀਤਾ ਗਿਆ ਹੈ। ਆਪਾਂ ਆਲਰੇਡੀ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਪ੍ਰਾਈਵੇਟ ਯੂਨੀਵਰਸਿਟੀਜ਼ ਆ, ਆਪਾਂ ਪੰਜਾਬ ਦੀ ਸਿਚੁਏਸ਼ਨ ਦੇਖ ਲਈ, ਇੰਡੀਆ ਦੀ ਦੇਖ ਲਈਏ, ਜਿਹੜੀ ਇਹੋ ਜਿਹੀ ਘੱਟ ਫੀਸ ਵਾਲੀ ਯੂਨੀਵਰਸਿਟੀਜ਼ ਆਲਰੇਡੀ ਬਹੁਤ ਘੱਟ ਰਹਿ ਚੁੱਕੀਆਂ ਨੇ, ਉਹਨਾਂ ਵਿੱਚ ਜਿੰਨਾ ਗਰੀਬ ਤਬਕਾ ਹੈ, ਜਿੰਨਾ ਵੀ ਆ ਬੱਚਾ ਹਾਇਰ ਸਟੱਡੀਜ਼ ਵਾਸਤੇ ਉੱਥੇ ਆਉਂਦੇ ਨੇ, ਅਤੇ ਇਹ ਕੀ ਕਰ ਰਹੇ ਹੁਣ ਸਰਕਾਰਾਂ ਕੀ ਕਰ ਰਹੀਆਂ ਨੇ, ਉਹਨਾਂ ਵਿੱਚ ਵੀ ਫੀਸਾਂ ਵਧਾ ਰਹੀਆਂ ਨੇ। ਆਪਾਂ GNU ਦੀ ਗੱਲ ਕਰੀਏ, ਜਿੱਦਾਂ ਹੁਣ ਤਾਂ ਬਹੁਤ ਵਧੀਆ ਵੀ ਤੁਸੀਂ ਤੁਹਾਡੇ ਵਰਗੇ ਮੀਡੀਆ ਹਾਊਸ ਇਹ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਆ। ਨੋਰਮਲੀ ਆਪਾਂ ਕੀ ਦੇਖ ਰਹੇ ਵੀ ਮੀਡੀਆ ਹਾਊਸਿਸ ਇਹ ਚੀਜ਼ਾਂ ਦਿਖਾਈ ਨਹੀਂ ਰਹੇ, ਦੂਸਰਾ ਪਰਸਪੈਕਟਿਵ ਦਿਖਾ ਰਹੇ ਨੇ ਜੀ, ਵੀ ਨਹੀਂ ਵੀ ਬੱਚੇ ਗਲਤ ਨੇ, ਇਹ ਨੇ ਵੀ ਉਹ ਜਿਹੜੇ ਬੱਚੇ ਉੱਥੇ ਆ ਰਹੇ ਨੇ ਇੱਕ ਤਾਂ ਬਹੁਤ ਗਰੀਬ ਤਬਕੇ ਵਾਲੇ ਨੇ, ਸੈਕਿੰਡ ਥਿੰਗ ਬੱਚਿਆਂ ਦੇ ਰਿਜ਼ਲਟ ਹੀ ਬਹੁਤ ਜ਼ਿਆਦਾ ਵਧੀਆ ਆ ਰਹੇ ਨੇ। ਤੁਸੀਂ ਦੇਖੋਗੇ ਇਹ ਹਾਇਰ ਮਤਲਬ ਆਪਣੇ IAS ਔਫਿਸਰ PCS ਔਫਿਸਰ ਹਰ ਸਾਲ ਬਹੁਤ ਜ਼ਿਆਦਾ ਸਟੂਡੈਂਟ ਉੱਥੋਂ ਲੱਗਦੇ ਨੇ, ਈਵਨ ਕਿ ਆਪਣੇ ਬਹੁਤ ਜ਼ਿਆਦਾ ਵੱਡੇ ਅਵਾਰਡਸ ਲੈ ਕੇ ਆਉਂਦੇ ਨੇ, ਹਰ ਫੀਲਡ 'ਚ ਬੱਚੇ ਬਹੁਤ ਜਾਂਦੇ ਨੇ ਮਤਲਬ ਉੱਥੋਂ ਤੱਕ ਅੱਗੇ। ਬਟ ਉੱਥੇ ਜੇ ਇਹ ਫੀਸਾਂ ਇੱਦਾਂ ਵਧਾਉਂਦੇ ਰਹਿਣਗੇ, ਉਹ ਜਿਹੜੇ ਉਹੋ ਜਿਹੇ ਬੱਚੇ ਉੱਥੇ ਨਾ ਮਤਲਬ ਅਪਰੋਚ ਨਹੀਂ ਕਰ ਪਾਉਣਗੇ, ਹਾਇਰ ਸਟੱਡੀਜ਼ ਨਹੀਂ ਲੈ ਪਾਉਣਗੇ, ਤਾਂ ਕੱਲ੍ਹ ਨੂੰ ਫਿਰ ਉਹ ਬੱਚੇ ਕਿਤੇ ਵੀ ਮਤਲਬ ਸਰਵਾਈਵ ਕਰਨਾ ਬਹੁਤ ਔਖਾ ਜੀ ਅੱਜ ਕੱਲ੍ਹ 'ਚ। ਪੜ੍ਹਾਈ ਪਹੁੰਚ ਤੋਂ ਬਾਹਰ ਹੋ ਗਈ, ਤੁਹਾਡਾ ਕੀ ਨਾਮ ਹੈ ਜੀ? ਅਮੋਲਦੀਪ ਸਿੰਘ। ਅਮੋਲ, ਤੁਹਾਨੂੰ ਕੀ ਲੱਗਦਾ ਹੈ ਕਿ GNU 'ਚ ਬੱਚੇ ਪ੍ਰੋਟੈਸਟ ਕਰ ਰਹੇ ਆ, ਯੂਨੀਵਰਸਿਟੀਆਂ 'ਚ ਫੀਸਾਂ ਲਗਾਤਾਰ ਵੱਧ ਰਹੀਆਂ ਨੇ, ਲੱਗਦਾ ਹੈ ਕਿ ਇਸ ਤਰੀਕੇ ਜਿਹੜਾ ਇਹ ਪੜ੍ਹਾਈ ਕਰਨਾ ਹੋਰ ਮੁਸ਼ਕਲ ਹੋ ਜਾਏਗਾ ਭਵਿੱਖ? ਹਾਂਜੀ ਬਿਲਕੁਲ, ਜੇ ਇੱਦਾਂ ਹੀ ਸਰਕਾਰਾਂ ਇਸ ਮੁੱਦੇ ਨੂੰ ਇੱਦਾਂ ਹੀ ਅੱਗੇ ਵਧਾਉਂਦੀਆਂ ਰਹੀਆਂ, ਮਤਲਬ ਇਸ ਵੱਲ ਧਿਆਨ ਨਾ ਦਿੱਤਾ ਗਿਆ, ਹੋਰ ਚੀਜ਼ਾਂ ਜਿਵੇਂ ਬੁੱਤ ਬਣਾਏ ਜਾਂਦੇ ਨੇ ਜਾਂ ਇੰਨੇ ਇੰਨੇ ਪੈਸੇ ਖਰਚ ਕੇ, ਤਾਂ ਇੱਦਾਂ ਹੀ ਮੁਸ਼ਕਲ ਹੁੰਦਾ ਰਹੇਗਾ ਗਰੀਬ ਬੱਚਿਆਂ ਵਾਸਤੇ। ਸਾਨੂੰ 100 ਹੋਰ ਬੁੱਤਾਂ ਦੀ ਲੋੜ ਨਹੀਂ, 100 ਹੋਰ GNU ਵਰਗੀਆਂ ਯੂਨੀਵਰਸਿਟੀਆਂ ਦੀ ਲੋੜ ਹੈ। ਦੱਸੋ ਕਿ ਪੜ੍ਹਾਈ ਦਾ ਸਮਾਂ ਜਿਵੇਂ ਰਾਤ ਨੂੰ ਕਿਹਾ ਜਾਂਦਾ ਹੈ ਕਿ 11 ਵਜੇ ਤੋਂ ਬਾਅਦ ਜਿਹੜੀਆਂ ਲਾਇਬ੍ਰੇਰੀਆਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਉੱਥੇ ਵੀ ਇਹ ਗੱਲ ਉੱਠੀ ਸੀਗੀ, ਲੱਗਦਾ ਕਿ ਬੱਚਿਆਂ ਨੂੰ ਪੜ੍ਹਾਈ ਲਈ ਖੁੱਲ੍ਹਾ ਸਮਾਂ ਹੋਣਾ ਚਾਹੀਦਾ, ਲਾਇਬ੍ਰੇਰੀ ਹਰ ਵੇਲੇ ਖੁੱਲ੍ਹੀ ਹੋਣੀ ਚਾਹੀਦੀ ਹੈ ਜਦੋਂ ਕਿਸੇ ਦਾ ਦਿਲ ਕਰੇ ਆ ਕੇ ਪੜ੍ਹੇ। ਬਿਲਕੁਲ, ਲਾਇਬ੍ਰੇਰੀ ਵੀ ਖੁੱਲ੍ਹੀ ਹੋਣੀ ਚਾਹੀਦੀ ਹੈ ਅਤੇ ਪੂਰੇ ਕੈਂਪਸ 'ਚ ਖੁੱਲ੍ਹ ਹੋਣੀ ਚਾਹੀਦੀ ਹੈ 24 ਘੰਟੇ, ਬੱਚਾ ਜੋ ਕਰਨਾ ਚਾਹੇ। ਯੂਨੀਵਰਸਿਟੀਆਂ 'ਚ ਜੋ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ, ਜੇ ਕੋਈ ਪੜ੍ਹਨਾ ਚਾਹੁੰਦਾ ਤਾਂ ਉਹਨੂੰ ਪੂਰੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ, ਚਾਹੇ ਉਹ 24 ਘੰਟੇ, ਚਾਹੇ ਦਿਨ ਹੈ, ਚਾਹੇ ਰਾਤ ਹੈ, ਜਦੋਂ ਮਰਜ਼ੀ। ਕਈਆਂ ਦਾ ਮਾਹੌਲ ਪੜ੍ਹਨ ਦਾ ਰਾਤ ਨੂੰ ਬਣਦਾ, ਕਈਆਂ ਦੀ ਮਜਬੂਰੀ ਹੁੰਦੀ ਹੈ ਰਾਤ ਨੂੰ ਪੜ੍ਹਨਾ, ਉਹ ਦਿਨੇ ਕੰਮ ਕਰਦੇ ਨੇ ਜਾਂ ਹੋਰ ਚੀਜ਼ਾਂ। ਅਤੇ ਵੱਖ ਵੱਖ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਇੱਥੇ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ GNU ਦਾ ਜਿਹੜਾ ਮਸਲਾ ਹੈ ਉਸ